ਗੁੱਡ ਮਾਰਨਿੰਗ ਮੇਰੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਤੇ। ਅਤੇ ਰਾਤੀ ਆਪਾਂ 11 ਵਜੇ ਘਰ ਆ ਗਏ ਸੀਗੇ ਅਤੇ ਉੱਥੇ ਯਾਰ ਆਪਣੀਆਂ ਵਲੋਗ ਨਾ ਬਣਾਉਣ ਦੀਆਂ 2-3 ਵਜ੍ਹਾ ਨੇ, ਉਹ ਤੁਹਾਨੂੰ ਮੈਂ ਦੱਸ ਦਿੰਦਾ ਹੁਣੇ। ਪਹਿਲੀ ਵਜ੍ਹਾ ਤਾਂ ਇਹੀ ਸੀ ਕਿ ਉੱਥੇ ਮੈਂ ਗਿਆ, ਅਗਲੇ ਦਿਨ ਮੈਂ ਆਪਾਂ ਮੱਥਾ ਟੇਕਣ ਗਏ ਅਤੇ ਜਦੋਂ ਆਪਣੇ ਇਸ਼ਨਾਨ ਵਗੈਰਾ ਲਿਆ ਅਤੇ ਮੈਨੂੰ ਬਹੁਤ ਲੱਗ ਗਈ ਠੰਡ, ਕਿਉਂਕਿ ਕੱਪੜੇ ਮੈਂ ਪਾਏ ਨਹੀਂ ਸੀਗੇ ਇੰਨੇ। ਚੌੜਬਾਜ਼ੀ 'ਚ ਹੋ ਗਿਆ ਕੰਮ, ਕਹਿਣਾ ਬੁਖਾਰ ਬਖੂਰ ਚੜ੍ਹ ਗਿਆ। ਫਿਰ 2 ਦਿਨ ਤਾਂ ਪਏ ਰਹੇ, ਫਿਰ ਯਾਰ ਵਲੋਗ ਬਣਾਉਣ ਦਾ ਜੀ ਨਹੀਂ ਕਰਿਆ, ਕਿਉਂਕਿ ਨੋਰਮਲ ਡੇਸ ਸੀ, ਕਿਉਂਕਿ ਪਹਿਲਾ ਹੀ ਦਿਨ ਆਪਾਂ ਮੱਥਾ ਮੁੱਥਾ ਸਾਰੇ ਗੁਰਦੁਆਰੇ 'ਚ ਟੇਕ ਲਿਆ ਸੀਗਾ, ਫਿਰ ਟਾਈਮ ਇੰਨਾ ਲੱਗਿਆ ਨਹੀਂ ਵਲੋਗ ਬਣਾਉਣ ਦਾ। ਫਿਰ ਆਪਾਂ ਪਏ ਰਹੇ ਕੱਲ੍ਹ, ਫਿਰ ਜਦੋਂ ਘਰ ਨੂੰ ਆਉਣ ਲੱਗੇ ਫਿਰ ਇੰਨੀ ਉੱਥੇ ਜ਼ਿਆਦਾ ਭੀੜ ਸੀਗੀ ਕਿ ਫੋਨ ਵਗੈਰਾ ਕੱਢਿਆ ਹੈ ਹੀ ਨਹੀਂ, ਦਿਮਾਗ 'ਚ ਨਹੀਂ ਆਇਆ, ਅਤੇ ਆਪਾਂ ਨੇ ਵਲੋਗ ਤਾਂ ਨਹੀਂ ਬਣਾਇਆ। ਅਤੇ ਅੱਜ ਆਪਾਂ ਨੂੰ 2 ਕੰਮ ਨੇ। ਪਹਿਲਾ ਕੰਮ ਆ, ਆਪਾਂ ਨੇ ਆਪਣੇ ਟਰੈਕਟਰ ਦੇ ਅੱਗਲੇ ਰਿਮ ਚੇਂਜ ਕਰਾਉਣੇ ਆ, 1016 ਦੇ ਪਾਉਣੇ ਆ, ਪਹਿਲਾਂ ਹੀ ਔਡਰ ਕਰੇ ਹੋਏ ਸੀਗੇ, ਉਹ ਘਰ ਆ ਚੁੱਕੇ ਨੇ ਹੁਣ। ਅਤੇ ਅੱਜ ਆਪਾਂ ਰਿਮ ਚੇਂਜ ਕਰਾਉਣ ਚੱਲਾਂਗੇ, ਅਤੇ ਜਿਹੜਾ ਸਮਾਨ ਵਗੈਰਾ ਲੈ ਕੇ ਆਉਂਦਾ ਸੀਗਾ ਉਹ ਵੀ ਸਾਰਾ ਛੱਡ ਕੇ ਆਉਣਾ ਅੱਜ। ਚਲੋ ਪਹਿਲਾਂ ਆਪਾਂ ਸਮਾਨ ਵਗੈਰਾ ਕੱਢ ਲੈਂਦੇ ਹਾਂ ਅਤੇ ਫਿਰ ਚੱਲਦੇ ਹਾਂ। ਟਰਾਲੀ ਐਵੇਂ ਲਿਆ ਕੇ ਖੜਾ ਦਿੱਤੀ ਦੀ ਬਾਈ, ਕੁਝ ਸਮਾਨ ਨਹੀਂ ਕੱਢਿਆ, ਗੱਦੇ ਵੱਦੇ ਸਾਰੇ ਕੱਢਣੇ ਆ, ਗੁਰਦੁਆਰੇ ਆਪਣੇ ਅੰਦਰ ਹੀ ਛੱਡ ਕੇ ਆਉਣੀ ਆ। ਪਹਿਲਾਂ ਆਪਾਂ ਸਾਰਾ ਸਮਾਨ ਬਾਹਰ ਕੱਢ ਲਈਏ, ਫਿਰ ਤੁਹਾਨੂੰ ਦਿਖਾਉਂਦੇ ਹਾਂ ਅੱਗੇ। ਸਮਾਨ ਸਾਰਾ ਆਪਾਂ ਨੇ ਬਾਹਰ ਕੱਢ ਲਿਆ ਅਤੇ ਹੁਣ ਟਰਾਲੀ ਆਪਾਂ ਬਾਹਰ ਲਿਜਾ ਕੇ ਜਿਹੜੀ ਉਹਦੀ ਪਰਾਲੀ ਪਈ ਆ ਉਹ ਛੱਡਦੇ ਹਾਂ। ਪਰਾਲੀ ਵੀਰੇ ਬਾਹਰ ਛੱਡਣੀ ਆਪਾਂ ਨੇ ਪਹਿਲਾਂ ਹੀ ਵਾਲੀ ਜਗ੍ਹਾ ਉੱਥੇ, ਅਤੇ ਇਹਨੂੰ ਛੱਡਦੇ ਹਾਂ। ਡਰਾਈਵਰ ਸਾਡੇ ਥੋੜ੍ਹੇ ਜ਼ਿਆਦਾ ਹਾਈ ਨੇ ਹੁਣ। ਫਿਰ ਬਾਈ ਹੁਣ ਆਪਾਂ ਪਹਿਲਾਂ ਪਰਾਲੀ ਉੱਪਰ ਸੁੱਟ ਦਈਏ, ਫਿਰ ਤੁਹਾਨੂੰ ਮਿਲਦੇ ਹਾਂ। ਹਾਲਤ ਦੇਖ ਲਾ ਮੇਰੀ, ਪਰਾਲੀ ਵੀਰੇ ਆਪਾਂ ਨੇ ਤਾਰਤੀ ਅਤੇ ਗੱਦੇ ਆਪਾਂ ਨੇ ਭੇਜਤਾ ਵੱਡੇ ਵਾਲੇ ਨੂੰ ਹੀ, ਮੈਂ ਕਿਹਾ ਤੂੰ ਹੀ ਛੱਡਿਆ, ਮੇਰੇ ਤਾਂ ਬਸ ਤਾਂ ਹੈ ਨਹੀਂ ਕਿਉਂਕਿ ਠੰਡ ਬਹੁਤ ਆ। ਅਤੇ ਹੁਣ ਮੈਂ ਚੱਲਿਆ ਨਹਾਉਣ, ਫਿਰ ਰਿਮ ਦਾ ਦੇਖਦੇ ਹਾਂ ਕੀ ਕਰਦੇ ਹਾਂ, ਅੱਜ ਚੇਂਜ ਕਰਾਈਏ ਜਾਂ ਕੱਲ੍ਹ ਨੂੰ। ਫਿਰ ਇੱਕ ਟੋਚਨ ਮੇਲਾ ਵੀ ਆ, ਉਹ ਵੀ ਦੇਖਣ ਜਾਣਾ ਕੱਲ੍ਹ ਪਰਸੋਂ ਨੂੰ, ਤਾਂ ਕਰਕੇ ਦੇਖਦੇ ਹਾਂ ਅੱਜ ਚੇਂਜ ਕਰਾਈਏ ਜਾਂ ਕੱਲ੍ਹ ਨੂੰ, ਕਿਉਂਕਿ 2 ਹੀ ਦਿਨ ਨੇ ਆਪਣੇ ਕੋਲ ਵਿਚਾਲੀ ਬਸ, ਨਹੀਂ ਤਾਂ ਫਿਰ ਤਾਂ ਬਾਅਦ 'ਚੋਂ ਹੀ ਹੋਊਗਾ ਟੋਚਨ ਮੇਲੇ ਤੋਂ ਭਾਈ। ਚਲੋ ਫਿਰ ਮੈਂ ਤੁਹਾਨੂੰ ਮਿਲਦਾ ਨਹਾ ਕੇ, 2 ਮਿੰਟ 'ਚ ਆਇਆ, 2 ਮਿੰਟ 'ਚ। ਹੋਲ ਸੈੱਟ ਬਰੋ, ਨਾਲੇ ਰੈਡੀ ਹੋ ਗਏ, ਹੁਣ ਆਪਾਂ ਟਰੈਕਟਰ ਲੈ ਕੇ ਚੱਲਦੇ ਹਾਂ, ਟਾਇਰ ਵਾਇਰ ਚੇਂਜ ਕਰਦੇ ਹਾਂ, ਦੇਖਦੇ ਹਾਂ ਜਾਂ ਤਾਂ ਘਰ ਖੋਲ੍ਹ ਕੇ ਮੋਟਰਸਾਈਕਲ 'ਤੇ ਲੈ ਕੇ ਜਾਵਾਂਗੇ ਟਾਇਰ ਇੱਕ ਇੱਕ ਕਰਕੇ, ਨਹੀਂ ਤਾਂ ਟਰੈਕਟਰ ਲੈ ਕੇ ਚੱਲਦੇ ਹਾਂ, ਉੱਥੇ ਕਸਵਾ ਕੇ ਲਿਆਵਾਂਗੇ। ਚਲੋ ਦੇਖਦੇ ਹਾਂ ਕੀ ਬਣਦਾ, ਬਾਹਰ ਜਾ ਕੇ ਪਤਾ ਕਰਦੇ ਹਾਂ ਕਿਵੇਂ ਕਰਨਾ। ਲਓ ਬਈ ਘਰੇ ਟਾਇਰ ਟੂਰ ਖੋਲ੍ਹ ਕੇ ਟਾਇਰ ਲੈ ਜਾਣੇ ਆ, ਫਿਰ ਟਾਇਰ ਕੱਸ ਕੇ ਤੁਹਾਨੂੰ ਦਿਖਾਵਾਂਗੇ। ਰਾਈਟ ਟੋਟਾ ਲਾ ਕੇ ਵਿਚਾਲੇ ਜੱਕ ਲਾ ਕੇ ਦੋਨੇ ਟਾਇਰ ਹਵਾ 'ਚ, 2 ਮਿੰਟ ਲਾਉਣੇ ਆ ਖੋਲ੍ਹਣ ਨੂੰ। ਲਓ ਵੀਰੇ ਹੁਣ ਆਪਾਂ ਮਾੜਾ ਟਾਈਮ ਲਾਇਆ ਇੱਥੇ ਲੱਗ ਖੜਦੀ ਹੈ ਇਹਨੂੰ, ਦੇਖੋ ਫਿਰ ਮਿੰਟ ਮਾਰਨੇ ਨਾਲ ਟਾਇਰ ਖੋਲ੍ਹ ਕੇ। ਸ਼ੂਟਿੰਗ ਚੱਲਦੀ ਹੈ, ਸ਼ੂਟਿੰਗ
आप वीडियो देखे हो भाई दूजे चैनल पे। मित्रों टायर खोलता तो हमने रिम बदलवा के लेकर आया था एक का पहला दो गेड़े मारेंगे मोटरसाइकिल से घर ही कर देना कम ला भाई टायर घसन लग गए रिम कड़ता मैं भाई शाह एक बार फिर अपत कराती तो हम लोग फिर कहे परिंदे होनी ब्लैक कर देने रिम का फर्क देखो भाई कि भाई टायर लिया कसवा के हम आप टायर कस दी वो टायर कस के फिर मिलते हैं ਉਹ ਵੀ ਦੇਖੋ ਜੀ ਪਰਾਂ ਲੁੱਕ ਲੈ ਜਾ ਨਹੀਂ ਇਧਰ ਫੜਨਾ ਲੋ ਬਾਈ ਦੂਜਾ ਟਾਇਰ ਵੀ ਆਪਾਂ ਲਿਆਂਦਾ ਸੀਗਾ ਤੇ ਹੁਣ ਇਹਤੇ ਕਸੂਣ ਲੱਗੇ ਹੋਇਆ ਪਹਿਲਾਂ ਬਾਈ ਤਾਲ ਲਵੇ ਉਹਨੂੰ ਫਿਰ ਹਰੇ ਮੁਕਸ ਦਿੰਨੇ ਆ ਤੇ ਘਰੇ ਜਾ ਕੇ ਮਿੰਟ ਦੋ ਲਾਉਣੇ ਆ ਤੁਹਾਨੂੰ ਪਤਾ ਆਪਾਂ ਮਿੰਟ ਦੋ ਲਾਉਣੇ ਵਾਲੇ ਬੰਦੇ ਆ ਤੇ ਦੋਨੇ ਟਾਇਰ ਕੱਸ ਕੇ ਫਿਰ ਤੁਹਾਨੂੰ ਆਪਾਂ ਟਰੈਕਟਰ ਦੀ ਲੁੱਕ ਦਿਖਾਵਾਂਗੇ ਕਿਵੇਂ ਲੱਗਦਾ ਬਸ ਟਾਇਰ ਦੀ ਲੁੱਕ ਹੋ ਗਈ ਹੁਣ ਇੱਕ ਨੰਬਰ ਅਤੇ ਘਰੇ ਜਾ ਕੇ ਤੁਹਾਨੂੰ ਪੂਰੀ ਲੁੱਕ ਦਿਖਾਉਂਦੇ ਹਾਂ ਟਾਇਰ ਟੂਰ ਕੱਸ ਕੇ ਕਿੱਦਾਂ ਦਾ ਲੱਗਦਾ ਹੁਣ ਟਰੈਕਟਰ ਚਲੋ ਜਲਦੀ ਜਲਦੀ ਘਰੇ ਚੱਲਦੇ ਹਾਂ ਟਾਇਰ ਕੱਸਦੇ ਹਾਂ ਫਿਰ ਤੁਹਾਨੂੰ ਦਿਖਾਉਂਦੇ ਹਾਂ ਇੰਨੇ ਜ਼ੋਰ ਲਾ ਕੇ ਨਟ ਕਸੇ ਨੇ ਕਿ ਟੈਮੀ ਮੁੜ ਗਈ ਦੇਖੋ ਸਾਰੇ ਹੋ ਗਏ ਵੱਢ ਕੇ ਨਾ ਤੈਨੂੰ ਵੱਢ ਕੇ ਫਿਰ ਬਣਵਾ ਲਈ ਗੁੱਟ ਤੋਂ ਵੱਧ ਪੈਂਦਾ ਕਰੀਆਂ ਇੱਥੇ लो भाई करता ट्रैक्टर पूरा तैयार टायर कसते तो एक बार लुक चेक करो तुम थोड़े शॉर्ट वगैरह दिखाना हूँ मैं लो भीरे सारा काम सैट टायर टूर चला के देख लिया लुक तुसी देख ली ते लोग आप करते हैं उरे एंड होप करता थानू वधिया लग्या होवे जे वधिया लग्या तां कमेंट करके जरूर दस्यो किदा दा लग्या ते ट्रैक्टर दी लुक जरूर भीरे कमेंट करके दस्यो कि किवें लगदा ट्रैक्टर ते इन फ्यूचर आप होर भी चेंजेस वगैरह करांगे ट्रैक्टर च तां जुड़े रहो चंगा फिर बाय बाय।